ਹੁਸ਼ਿਆਰਪੁਰ ਤੋਂ ਪਹੁੰਚੇ ਨੇ ਸਾਡੇ ਵਿਚਕਾਰ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਨਾਲ ਸਾਂਝ ਪਾਉਣ ਅਤੇ ਉਸ ਤੋਂ ਬਾਅਦ ਅਯੋਧਿਆ ਰਾਮ ਜੀ ਆਂਧਰਾ ਪ੍ਰਦੇਸ਼ ਤੋਂ ਜੇ ਉਹ ਇੱਥੇ ਹੋਣ ਅਤੇ ਇਸ ਦੇ ਨਾਲ ਹੀ ਹਰਮੇਸ਼ ਸਿੰਘ ਢੇਸੀ ਜੀ ਕਿਰਤੀ ਕਿਸਾਨ ਯੂਨੀਅਨ ਤੋਂ ਜੋ ਵੀ ਹੋਣ ਤਾਂ ਉਹ ਵੀ ਤਿਆਰ ਰਹਿਣ। मेरे वालों सारिआं नूं सब तो पहला प्यार भरी सत श्री अकाल। नाल ही मैं अपनी गल शुरू करती हुई वीर बलजिंदर सिंह दा धन्नवाद करदी हां। मैं तो वैसे सधारण बैठी सी संगत दे दर्शनां लई, उन्होंने मैंने स्टेज ते आउण दा सद्दा दे दिता। मैं वैसे प्रिपेयर नहीं सी कि मैं की बोलना की गल करनी है, पर मैं रियली उन्होंने एप्रीशिएट करती हाँ कि वाकई तुसीं मैनूं टाइम दिता हैगा। कल मेरा पहला दिन इत्थे सी, तीन दिन हो गए मैं भी मोर्चे दे विचों अपने नवें ख्याल ते जज्बात लैके संगतां दे सन्मुख हैगी हाँ। मैनू शुरू अपनी गल इत्थों करनी चाहीदी सी कि तुहाडे जज्बे नूं सलाम, जो तुसीं कीता आ कोई नहीं कर सकदा। सारिआं को पैसा भी होगा, सारिआं को अपने हीले वसीले भी होगे, पर जिहड़ा इत्थे आ के तुसीं बैठे आ ते इदां दीआं हालातां दे विच बैठे आ, मेरे वालों जिन्ने वधिया शब्द हैगे तुहाडे चरणां दे विच मेरे वालों तुहानूं मैं नतमस्तक करदी हाँ। परमात्मा तुहानूं तंदुरुस्ती देवे, लंबीआं उमरां देवे, ते तुसीं जिहड़ा निशाना मिथ के आए हो जरूर मिथ के जाओ। मेरे वालों तुहाडे ਲਈ ਪਰਮਾਤਮਾ ਅੱਗੇ ਇਹੀ ਸ਼ੁਭ ਅਰਦਾਸ ਆ। ਅਤੇ ਜਿਹੜੇ ਸਾਡੇ ਵੀਰ ਭੈਣਾਂ ਭਰਾ ਇਸ ਮੋਰਚੇ ਦੇ ਦੌਰਾਨ ਆਪਣੀਆਂ ਜਾਨਾਂ ਗਵਾ ਗਏ, ਮੇਰੀ ਉਹਨਾਂ ਲਈ ਬਹੁਤ ਜ਼ਿਆਦਾ ਜਾਣੀ ਮੇਰੇ ਮਨ ਵਿੱਚ ਹਮਦਰਦੀ ਆ। ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈਗੀ ਹਾਂ। ਉਹਨਾਂ ਦੇ ਜਿਹਨਾਂ ਦੇ ਜੀਅ ਵਿਛੜ ਗਏ ਅਸੀਂ ਨਹੀਂ ਲਿਆ ਸਕਦੇ, ਪਰ ਸਾਡੇ ਕੋਲ ਖਾਦਾ ਨਾਰਾ ਜ਼ਰੂਰ ਹੈਗਾ ਆ। ਮੈਂ ਪੇਸ਼ੇ ਤੋਂ ਇੱਕ ਲੇਖਕ ਹੈਗੀ ਹਾਂ, ਮੈਂ ਪੜ੍ਹਾਉਂਦੀ ਹੈਗੀ ਹਾਂ, ਮੈਂ ਲਿਖ ਪੜ੍ਹ ਰਹੀ ਸੀ, ਸੁਣ ਰਹੀ ਸੀ, ਸ਼ਾਇਦ ਮੈਂ ਬੋਲ ਨਹੀਂ ਉਨਾ ਵਧੀਆ ਸਕਾਂਗੀ ਜਿੰਨਾ ਮੈਂ ਵਧੀਆ ਲਿਖ ਸਕਦੀ ਹਾਂ। ਅਤੇ ਮੈਂ ਕੱਲ੍ਹ ਵੀ ਜਿਹੜਾ ਮੈਂ ਦੋ ਕੁ ਸ਼ਬਦ ਬੋਲੇ ਆ ਮੈਂ ਲਿਖੇ ਆ, ਅਤੇ ਅੱਜ ਵੀ ਫਿਰ ਮੇਰੀ ਉੱਦਾਂ ਦੀ ਤਿਆਰੀ ਆ। ਆਸ ਆ ਕਿ ਤੁਸੀਂ ਮੈਨੂੰ ਸੁਣੋਗੇ ਤਾਂ ਜਿਹੜੀ ਜਿਹੜੀ ਗੱਲ ਤੁਹਾਨੂੰ ਚੰਗੀ ਲੱਗੂਗੀ ਉਹ ਤੁਸੀਂ ਰੱਖ ਸਕਦੇ ਆ। ਮੈਂ ਜਸਵੰਤ ਸਿੰਘ ਕੰਵਲ ਨੂੰ ਬੜੀ ਚੰਗੀ ਤਰ੍ਹਾਂ ਪੜ੍ਹਿਆ ਆ, ਉਹਦੇ ਨਾਲ ਪਰਿਵਾਰਕ ਮੀਟਿੰਗਾਂ ਦੇ ਵਿੱਚ ਜਾਂ ਉਹਨਾਂ ਨੂੰ ਸੁਣਿਆ ਹੋਇਆ ਹੈਗਾ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ ਪੰਜਾਬ ਦੇ ਬਾਰੇ ਬਹੁਤ ਜ਼ਿਆਦਾ ਖੁੱਲ੍ਹ ਕੇ ਬੋਲਿਆ, ਡੂੰਘਾ ਬੋਲਿਆ, ਸਰਕਾਰਾਂ ਨਾਲ ਅੱਡਾ ਲਾਇਆ, ਮੱਥਾ ਲਾਇਆ ਆ। ਜੋ ਕਰ ਸਕਦਾ ਸੀ ਆਪਣੇ ਮਰਨੇ ਤੱਕ ਉਹਨੇ ਕੀਤਾ ਹੈ। ਸਾਨੂੰ ਵਲੁੰਦਰੀਆ ਹੈ ਕਿ ਪੰਜਾਬੀਓ ਤੁਸੀਂ ਜੀਣਾ ਹੈ ਕਿ ਮਰਨਾ, ਉਹਦੀ ਇੰਨੀ ਜ਼ਿਆਦਾ ਜ਼ਹੀਨ ਬੁੱਧੀ ਸੀ ਕਿ ਜਿਹੜੀ ਗੱਲ ਅੱਜ ਅਸੀਂ ਇੱਥੇ ਬੈਠ ਕੇ ਹੁਣ ਕਰ ਰਹੇ ਹਾਂ 2021 ਦੇ ਵਿੱਚ, ਉਹਨੇ 30 ਸਾਲ ਪਹਿਲਾਂ ਮੇਰਾ ਖੈਰ ਬੋਲਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹਦਾ ਢਡੋਰਾ ਸੀ। ਜੇ ਕਿਸੇ ਨੂੰ ਉਹਦੇ ਸ਼ਬਦ ਯਾਦ ਹੋਣ ਕਿ ਪੰਜਾਬ ਬਰਫ਼ ਦੀ ਡਲੀ ਵਾਂਗ ਖੁਰ ਰਿਹਾ ਹੈ, ਪੰਜਾਬ ਖੁਰ ਰਿਹਾ ਹੈ, ਪੰਜਾਬੀਓ ਉੱਠੋ, ਪੰਜਾਬੀਓ ਜਾਗੋ, ਪੰਜਾਬੀਓ ਕੁਛ ਸੋਚੋ। ਪਰ ਅਫਸੋਸ ਅਸੀਂ ਸੁੱਤੇ ਰਹੇ। ਖੈਰ ਮੈਂ ਉਦੋਂ BH ਪੜ੍ਹਦੀ ਹੁੰਦੀ ਸੀ, ਮੈਨੂੰ ਉਹਦੀ ਵੀ ਇੰਨੀ ਨੌਲੇਜ ਨਹੀਂ ਸੀ, ਪਰ ਹੁਣ ਉਹਦੀਆਂ ਗੱਲਾਂ ਮੈਨੂੰ 30 ਸਾਲ ਬਾਅਦ ਸਮਝ ਆ ਰਹੀਆਂ ਕਿ ਵਾਕਈ ਉਹ ਇਹ ਗੱਲ ਨੂੰ ਪਿੱਟ ਰਿਹਾ ਸੀ ਕਿ ਜਿਹੜੀ ਸਾਡੀ ਜਵਾਨੀ ਸੀ ਉਹ ਵਿਦੇਸ਼ ਜਾ ਰਹੀ ਸੀ, ਇੱਥੇ ਵਾਲੀ ਅਸੀਂ ਨਸ਼ਿਆਂ ਦੀ ਧਰਾਤਲ ਵਿੱਚ ਫਸ ਗਏ ਹਾਂ, ਪਲੱਸ ਸਾਡਾ ਜਿਹੜਾ ਸਿਸਟਮ ਹੈਗਾ ਆ ਉਹ ਇੰਨਾ ਜ਼ਿਆਦਾ ਕਰਪਟ ਹੈਗਾ ਆ। ਸ਼ੁਰੂ ਤਾਂ ਨੈਚੁਰਲੀ ਉਹ ਸਰਕਾਰਾਂ ਤੋਂ ਹੁੰਦਾ ਆ, ਸਾਡੇ ਮੋਹਰਤਵਾਨ ਜਿਨ੍ਹਾਂ ਨੂੰ ਅਸੀਂ ਹਰ ਸਾਲ ਵੋਟਾਂ ਪਾ ਕੇ ਚੁਣ ਲੈਂਦੇ ਹਾਂ। ਕਦੀ ਕਦੀ ਮੇਰਾ ਦਿਲ ਕਰਦਾ ਕਿ ਮੈਂ ਆਲੋਚਨਾ ਕਰਾਂ, ਆਪਣੀ ਕਰਾਂ ਜਾਂ ਮੈਂ ਤੁਹਾਡੀ ਕਰਾਂ, ਪਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਸਾਰਥਕ ਮੌਕਾ ਵੀ ਨਹੀਂ ਹੁੰਦਾ ਕਈ ਵਾਰੀ, ਕਿਉਂਕਿ ਅਸੀਂ ਜ਼ਿਆਦਾ ਬੋਲ ਜਾਂਦੇ ਹਾਂ, ਸ਼ਾਇਦ ਇੰਨਾ ਸਾਨੂੰ ਬੋਲਣਾ ਨਹੀਂ ਚਾਹੀਦਾ। ਇੱਕ ਗੱਲ ਨੂੰ ਮੈਂ ਰਿਲੇਟ ਕਰਾਂਗੀ ਅੰਧ ਭਗਤਾਂ ਵਾਲੀ ਗੱਲ ਦੇ ਨਾਲ। ਅਸੀਂ ਜਿਹੜੇ ਅਨਐਜੂਕੇਟਡ ਪੀਪਲ ਕਮਿਊਨਿਟੀ ਹੈਗੀ ਜਿਨ੍ਹਾਂ ਨੂੰ ਅਸੀਂ ਮੋਦੀ ਭਗਤ ਕਹਿੰਦੇ ਹਾਂ, ਮੈਨੂੰ ਲੱਗਦਾ ਸਾਨੂੰ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਅੰਧ ਭਗਤ, ਸਾਨੂੰ ਆਪਣੇ ਆਪ ਨੂੰ ਕਹਿਣਾ ਚਾਹੀਦਾ ਅੰਧ ਭਗਤ ਕਿ ਅਸੀਂ 30 ਸਾਲ ਘੱਟੋ ਘੱਟ 25 ਸਾਲ ਤਾਂ ਮੈਂ ਅੱਖਾਂ ਮੀਟ ਕੇ ਬਾਦਲਾਂ ਨੂੰ ਤਾਂ ਕੈਪਟਨ ਨੂੰ ਵੋਟ ਪਾਈ ਆ, ਅਤੇ ਅਸੀਂ ਅੱਜ ਬੈਠੇ ਉਹਦੇ ਨਤੀਜੇ ਭੁਗਤ ਰਹੇ ਹਾਂ। ਕੀ ਸਾਨੂੰ ਇਹ ਗੱਲ ਕਹਿਣੀ ਆਪਣੇ ਆਪ ਨੂੰ ਗਵਾਰਾ ਹੈਗੀ ਆ, ਜਾਂ ਕੀ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਆਪਣੀ ਆਲੋਚਨਾ? ਨਹੀਂ ਕਰ ਸਕਦੇ, ਅਤੇ ਨਤੀਜਾ ਸਾਡੇ ਸਾਹਮਣੇ ਹੈਗਾ। ਦੂਜੀ ਗੱਲ ਮੈਂ ਦੇਖ ਰਹੀ ਹਾਂ, ਸ਼ਾਇਦ ਹੋ ਸਕਦਾ ਮੇਰਾ ਆਊਟ ਆਫ ਟਰੈਕ ਨਹੀਂ ਮੈਂ ਹੋਣਾ ਚਾਹੁੰਦੀ ਹੈਗੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਅੱਜ ਵੀ ਮੈਂ ਸਵੇਰੇ ਕਿਸੇ ਨਾਲ ਵਿਚਾਰ ਕਰ ਰਹੀ ਸੀ ਕਿ ਹਜੇ ਵੀ ਅਸੀਂ ਜਿਹੜੀ ਜਿੱਤ ਦੀ ਕਗਾਰ 'ਤੇ ਹਾਂ 50-50 ਖੜ੍ਹੇ ਹਾਂ, ਅਸੀਂ ਜਿੱਤੇ ਨਹੀਂ ਹੈਗੇ, ਅਸੀਂ ਇੱਕ ਭਰਮ ਉਸਾਰ ਕੇ ਬੈਠੇ ਹਾਂ, ਅਤੇ ਸਾਡਾ ਇਹ ਪੰਜਾਬੀਆਂ ਦਾ, ਕਿਉਂਕਿ ਜਿਹੜੇ ਅਸੀਂ ਪੰਜਾਬੀ ਹੈਗੇ ਹਾਂ ਸਾਨੂੰ ਭੁਲੇਖਿਆਂ ਵਿੱਚ ਰਹਿਣਾ, ਝੂਠ ਬੋਲਣਾ,
ਅਤੇ ਲਾਰਿਆਂ ਵਿੱਚ ਰਹਿਣਾ ਜ਼ਿਆਦਾ ਚੰਗਾ ਲੱਗਦਾ ਆ। ਇਹ ਸਾਡਾ ਦੁਖਾਂਤ ਹੈਗਾ ਆ। ਸਾਨੂੰ ਬਹੁਤ ਸੰਤਾਂ ਮਹਾਤਮਾ ਨੇ ਸਮਝਾਇਆ ਆ, ਸਾਡੇ ਕੋਲ ਗੁਰੂ ਨਾਨਕ ਦੀ ਬਾਣੀ ਆ। ਮੈਨੂੰ ਬਲਤੇਜ ਪੰਨੂ ਦੇ ਸ਼ਬਦ ਚੇਤੇ ਆ, ਪਿਛਲੇ ਸਾਲ ਉਹਨਾਂ ਨੇ ਬੋਲੇ ਸੀ ਕਿ ਅਸੀਂ ਗੁਰੂ ਦੀ ਨੂੰ ਜਿੱਦਾਂ ਪੜ੍ਹ ਰਹੇ ਹਾਂ, ਉਹਨੂੰ ਸੁਣ ਵੀ ਰਹੇ ਹਾਂ, ਪਰ ਅਫਸੋਸ ਅਸੀਂ ਮੰਨ ਨਹੀਂ ਰਹੇ। ਜਿੰਨਾ ਚਿਰ ਅਸੀਂ ਮੰਨਦੇ ਨਹੀਂ ਹੈਗੇ ਤਾਂ ਸਾਡੀ ਕਹਾਣੀ ਹਜੇ ਨਿਬੜਦੀ ਨਹੀਂ ਦਿੱਤੀ ਹੈਗੀ। ਮੈਂ ਇੱਕ ਲਾਈਨ ਪੜ੍ਹੀ ਹੈਗੀ ਆ, ਕਿਸੇ ਮੁਸਲਮਾਨ ਰਾਈਟਰ ਨੇ ਲਿਖੀ ਹੋਈ ਆ, ਉਹ ਸਾਡੇ ਉੱਤੇ ਪੂਰੀ ਢੁੱਕਦੀ ਆ, ਖਾਸ ਕਰਕੇ ਪੰਜਾਬੀਆਂ ਦੇ ਉੱਤੇ, ਕਿ ਇੱਕ ਜਿਹੜਾ ਗੋਰਾ ਹੈਗਾ ਆ ਜਿਹਨੂੰ ਅੰਗਰੇਜ਼ ਕਹਿੰਦੇ ਹਾਂ ਅਤੇ ਜਿਹੜੇ ਅਸੀਂ ਅਮਰੀਕਾ ਦੀ ਇਗਜ਼ਾਮਪਲ ਦਿੰਦੇ ਹਾਂ, ਉਹ ਕਿਸੇ ਘਟਨਾ ਨੂੰ 50 ਸਾਲ ਪਹਿਲਾਂ ਸੋਚ ਲੈਂਦਾ ਆ ਕਿ 50 ਸਾਲ ਬਾਅਦ ਕੀ ਹੋ ਰਿਹਾ ਆ। ਹਿੰਦੂ 20 ਸਾਲ ਪਹਿਲਾਂ ਸੋਚ ਰਿਹਾ ਆ, ਮੁਸਲਮਾਨ ਸਿਰ ਪਈ 'ਤੇ ਸੋਚ ਲੈਂਦਾ ਆ ਕਿ ਵੀ ਮਰ ਗਏ, ਪਰ ਅਫਸੋਸ ਅਸੀਂ ਸਿੱਖ ਸਾਰੀ ਘਟਨਾ ਬੀਤ ਗਈ ਅਸੀਂ ਉਦੋਂ ਸੋਚਦੇ ਹਾਂ। ਪਰ ਇੱਥੇ ਦੇ ਨਿਜ਼ਾਮ ਦੇ ਮੁਤਾਬਕ ਜੋ ਮੈਂ ਹੁਣ ਦੇਖ ਰਹੀ ਹਾਂ, ਹਲੇ ਵੀ ਸਾਡੇ ਕੰਨ ਦੇ ਉੱਤੇ ਜੂ ਨਹੀਂ ਰਹਿੰਗੀ। ਜਿੰਨਾ ਇਹ ਤੁਸੀਂ ਤਾਣਾ ਬਾਣਾ ਸਾਰਿਆ ਆ, ਸ਼ਾਇਦ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਅਤੇ ਗੁੱਸਾ ਕਰ ਲਿਓ, ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ। ਪਰ ਮੈਂ ਇਹ ਕਹਾਂਗੀ ਕਿ ਜਿਹੜਾ ਅਸੀਂ ਇਹ ਸਾਰਾ ਪਸਾਰਾ ਪਸਾਰ ਕੇ ਬੈਠੇ ਹਾਂ, ਮਤ ਸੋਚਿਓ ਅਸੀਂ ਸਫਲ ਹਾਂ। ਸਿਰਫ ਅਸੀਂ ਸਾਰੇ ਬੋਰਡ ਦੇ ਵਿੱਚੋਂ ਇੱਕ ਪੂਣੀ ਕੱਤੀ ਆ ਕਿ ਅਸੀਂ ਇਕੱਠੇ ਹੋ ਕੇ ਬੈਠੇ ਹਾਂ, ਬਾਕੀ ਸਾਡੀਆਂ ਸਾਰੀਆਂ ਗੱਲਾਂ ਬਾਕੀ ਪਈਆਂ ਆ। ਠੀਕ ਆ, ਅਸੀਂ ਇੱਕ ਭਰਮ ਸਾਰ ਲਿਆ ਆ, ਭੁਲੇਖਾ ਸਾਰ ਲਿਆ ਆ, ਮੋਦੀ ਸਰਕਾਰ ਦੇ ਬਾਰੇ ਬੋਲਦੇ ਹਾਂ, ਹੋਰ ਵੀ ਬਹੁਤ ਕੁਛ ਗੱਲਾਂ ਕਰਦੇ ਹਾਂ, ਪਰ ਇਹ ਗੁੱਡ ਇਨਫ ਨਹੀਂ ਹੈਗਾ, ਪੂਰਾ ਨਹੀਂ ਹੈਗਾ ਜਿੰਨਾ ਕੁ ਸਾਨੂੰ ਹੋਣਾ ਚਾਹੀਦਾ ਹੈਗਾ ਆ। ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੈਗੇ ਆ। ਇੱਕ ਮੈਂ ਹੋਰ ਗੱਲ ਕਰ ਰਹੀ ਸੀ, ਅਸੀਂ ਇਹਨੂੰ ਕਿਸਾਨ ਅੰਦੋਲਨ ਕਹਿ ਰਹੇ ਹਾਂ, ਵੀ ਇਹ ਸਾਡਾ ਕਿਸਾਨ ਅੰਦੋਲਨ ਵਾ। ਫਿਰ ਸੁਪਰੀਮ ਕੋਰਟ ਦੇ ਵਕੀਲ ਮੇਰੇ ਨਾਲ ਤਾਂ ਜ਼ਿਆਦਾ ਪੜ੍ਹੇ ਲਿਖੇ ਹੋਣਗੇ, ਕੁਆਲੀਫਾਈਡ ਆ, ਉਹਨਾਂ ਦਾ ਆਪਣਾ ਐਕਸਪੀਰੀਅੰਸ ਹੋ ਜ਼ਿੰਦਗੀ ਦਾ, ਉਹ ਕਹਿੰਦੇ ਸੀ ਅਸੀਂ ਇਹ ਜਨ ਅੰਦੋਲਨ ਬਣਿਆ ਕਿਉਂਕਿ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਪੰਜਾਬ ਆ, ਸਾਨੂੰ ਸਾਰਿਆਂ ਨੂੰ ਪਤਾ, ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰੂੰਗੀ ਕਿ ਅਸੀਂ ਕੁੱਲ ਆਲਮ ਸਾਡਾ ਹਿੰਦੁਸਤਾਨ, ਨਾਟ ਹਿੰਦੁਸਤਾਨ, ਬਾਹਰਲਿਆਂ ਮੁਲਕਾਂ ਤੋਂ ਵੀ ਇਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋ ਰਹੀ ਆ। ਡਾਕਟਰ ਸਵੈ ਮਾਨ ਸਿੰਘ ਤੁਹਾਡੇ ਕੋਲ ਮੌਜੂਦ ਹੈਗੇ ਨੇ, ਹੋਰ ਵੀ ਹੋਰ ਅੰਦਰ ਖਾਤੇ ਬਹੁਤ ਹੋਣਗੇ। ਪਰ ਮੈਂ ਇੱਦਾਂ ਸੋਚਦੀ ਹਾਂ ਕਿ ਜਦੋਂ ਇੰਨੀ ਸਾਡੇ ਕੋਲ ਇਹ ਮਸਾਲਾ ਇਕੱਠਾ ਹੋ ਚੁੱਕਾ ਹੈ ਜਾਂ ਇੰਨੀ ਸਾਡੀ ਪਾਰਟੀਸਪੇਸ਼ਨ ਵਧੀਆ ਹੋਈ ਹੋ ਆ, ਤਾਂ ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਤੋਂ ਬਾਅਦ ਜਨ ਅੰਦੋਲਨ ਬਣਾਉਣ ਤੋਂ ਬਾਅਦ ਸਾਨੂੰ ਇੱਕ ਹੋਰ ਕਦਮ ਨਾਲ ਚੁੱਕ ਲੈਣਾ ਚਾਹੀਦਾ ਆ। ਮੈਂ ਇਹਨੂੰ ਸ਼ਬਦ ਦੇਵਾਂਗੀ ਸਮਾਜਿਕ ਅੰਦੋਲਨ, ਕਿ ਇਹ ਸਾਡਾ ਹੁਣ ਇੱਕ ਸਮਾਜਿਕ ਅੰਦੋਲਨ ਹੋਣਾ ਚਾਹੀਦਾ। ਬਿੱਲ ਹੁਣ ਬਹੁਤ ਪਿੱਛੇ ਰਹਿ ਗਏ ਆ, ਬਿੱਲਾਂ ਦੀ ਟੈਨਸ਼ਨ ਨਹੀਂ ਲੈਣੀ ਹੈਗੀ, ਉਹਨਾਂ ਦੇ ਬਾਰੇ ਜੋ ਹੋ ਰਿਹਾ ਉਹ ਹੋ ਰਿਹਾ, ਉਹ ਜਿਸ ਡਾਇਰੈਕਸ਼ਨ ਵਿੱਚ ਜਾਣਗੇ ਨੈਚੁਰਲੀ ਜਾਣਗੇ। ਪਰ ਜਦੋਂ ਹੁਣ ਅਸੀਂ ਇੱਥੇ ਚਾਰ ਭੈਣਾਂ, ਚਾਰ ਭਰਾ, ਚਾਰ ਬੀਬੀਆਂ, ਚਾਰ ਬੱਚੇ ਸਾਡੇ ਕੋਲ ਜੁੜ ਕੇ ਬੈਠੇ ਆ, ਅਤੇ ਜਿਹੜੇ ਅਸੀਂ ਸਿਸਟਮ ਦਾ ਰੌਲਾ ਪਾਉਂਦੇ ਹਾਂ, ਕਰਪਟ ਸਿਸਟਮ, ਸਿਸਟਮ ਨਹੀਂ ਹੈਗਾ ਇੱਥੇ, ਸਿਸਟਮ ਵਿੱਚ ਆ ਨਹੀਂ ਹੈਗਾ, ਸਾਡੀਆਂ ਸਰਕਾਰਾਂ ਆ ਨਹੀਂ ਕਰਦੀਆਂ, ਕਦੀ ਆਪਣੇ ਆਪ ਨੂੰ ਵੀ ਪੁੱਛ ਕੇ ਦੇਖਿਆ ਅਸੀਂ ਕੀ ਕਰਦੇ ਹਾਂ? ਅਤੇ ਜੇ ਹੁਣ ਅਸੀਂ ਇੱਥੇ ਬੈਠੇ ਹਾਂ, ਸਾਡੇ ਕੋਲ ਵਿਹਲ ਆ ਲਗਭਗ ਸਾਰੇ ਲੋਕਾਂ ਕੋਲ, ਮੈਂ 2 ਹਫ਼ਤੇ ਦੀ ਛੁੱਟੀ ਲੈ ਕੇ ਆਈ ਹੋਈ ਹਾਂ, ਤੁਸੀਂ ਸਾਰੇ ਇੱਥੇ ਬੈਠੇ ਹੋਏ ਆਪਣੇ ਕੰਮ ਧੰਦੇ ਛੱਡ ਕੇ, ਕਿਉਂ ਨਾ ਅਸੀਂ ਇੱਕ ਹੋਰ ਇੱਥੋਂ ਸਟੈਪ ਸ਼ੁਰੂ ਕਰ ਲਈਏ। ਜਿਹੜਾ ਕਰਪਟ ਸਿਸਟਮ ਜਾਂ ਸਿਸਟਮ ਦੀ ਗੱਲ ਕਰਦੇ ਹਾਂ, ਉਹਨੂੰ ਥੋੜ੍ਹਾ ਬਹੁਤਾ ਬਦਲਣ ਦਾ ਉੱਦਮ ਕਰ ਲਈਏ। 2 ਤਰ੍ਹਾਂ ਦੇ ਸਿਸਟਮ ਆ, ਇੱਕ ਸਾਡਾ ਅੰਦਰੂਨੀ ਆ, ਇੱਕ ਸਾਡਾ ਬਾਹਰੀ ਹੈਗਾ। ਅੱਜ ਵੀ ਮੈਂ ਦੇਖ ਰਹੀ ਸੀ, ਕੱਲ੍ਹ ਵੀ ਅੱਜ 3 ਦਿਨ ਤੋਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਹਜੇ ਵੀ ਇੱਥੇ ਆ ਕੇ ਸਾਡੇ ਵਿੱਚ ਝੂਠ ਚੋਰੀ ਚੁਗਲੀ ਦੀ ਲੱਤ ਸਾਡੇ ਵਿੱਚ ਹੈਗੀ ਆ। ਮੈਂ ਉੱਥੇ ਸਮਾਨ ਰੱਖਿਆ ਹੋਇਆ, ਮੈਂ ਫੀਲ ਨਹੀਂ, ਮੈਂ ਠੀਕ ਨਹੀਂ ਸਮਝ ਰਹੀ ਕਿ ਮੇਰਾ ਸਮਾਨ ਸੇਫ ਵਾ। 24 ਘੰਟੇ ਖਤਰਾ ਹੀ ਆ ਵੀ ਮੇਰੇ 2 ਲੀੜੇ ਗਏ ਤਾਂ ਗਏ। ਇਹ ਕਿਉਂ ਗੱਲ ਆਈ? ਇਹ ਛੋਟੀ ਗੱਲ ਨਹੀਂ ਆ। ਜਦੋਂ ਅਸੀਂ ਇੱਥੇ ਆ ਗਏ ਹਾਂ ਅਤੇ ਜੇ ਸਾਡੇ ਕੋਲ ਇੱਕ ਦੂਜੇ ਦਾ ਸੇਫਟੀ, ਸੁਰੱਖਿਆ ਜਾਂ ਸਾਡੇ ਕੋਲ ਇੱਜ਼ਤ ਵਾਲੇ 2 ਸ਼ਬਦ ਨਹੀਂ ਹੈਗੇ, ਤਾਂ ਫਿਰ ਮੈਨੂੰ ਤਾਂ ਲੱਗਦਾ ਅਸੀਂ ਸਿੱਧੇ ਸਿੱਧੇ ਫੇਲ ਹੈਗੇ ਹਾਂ। ਮੈਨੂੰ ਫੇਲ ਕਹਿਣੇ ਵਿੱਚ ਤੁਹਾਨੂੰ ਕੋਈ 2 ਗੁਰੇਜ਼ ਨਹੀਂ ਹੋਵੇਗਾ। ਬਾਕੀ ਸਾਡਾ ਬਾਹਰਲਾ ਵਰਤਾਰਾ ਹੈਗਾ, ਝੂਠ ਚੋਰੀ ਚੁਗਲੀ ਸਾਡਾ ਇਨਰ ਪੱਖ ਹੈਗਾ, ਅਸੀਂ ਇੱਜ਼ਤ ਕਿੰਨੀ ਕੁ ਕਰਦੇ ਹਾਂ ਜਾਂ ਅਸੀਂ ਕਿੰਨੀ ਕੁ ਕਰਾ ਰਹੇ ਹਾਂ, ਕੀ ਸਾਡਾ ਕਿਰਦਾਰ ਵਾ। ਬਾਕੀ ਸਾਡੇ ਬਾਹਰਲੇ ਪੱਖ ਹੈਗੇ ਆ, ਲਾਈਨ 'ਚ ਖੜ੍ਹੇ ਹਾਂ ਅਸੀਂ, ਲਾਈਨ ਵਿੱਚ ਸਵੇਰੇ ਉੱਥੇ ਬਜ਼ੁਰਗ ਚਾਹ ਪੀ ਰਹੇ ਸੀ, ਬਾਬਾ ਜੀ ਮੈਂ ਵੀ ਲਾਈਨ 'ਚ ਲੱਗੀ ਹੋਈ ਹਾਂ। ਇਹ ਸਾਡਾ ਬਾਹਰੀ ਪੱਖ ਹੈ, ਚਾਹ ਪੀ ਕੇ ਤੁਸੀਂ ਉੱਥੇ ਡੱਬਾ ਸਿੱਟ ਰਹੇ ਹਾਂ, ਜੇ ਤੁਹਾਨੂੰ ਕੋਈ ਦੱਸ ਰਿਹਾ ਹੈਗਾ, ਤੁਸੀਂ ਹਜੇ ਵੀ ਉਹਦੇ ਵੱਲ ਨੂੰ ਇਹ 3D ਨਾਲ ਦੇਖ ਰਹੇ ਹਾਂ ਕਿ ਪਿੱਛੇ ਨੂੰ ਮੁੜ ਕੇ ਦੇਖ ਰਹੇ ਹਾਂ ਕਿ ਇਹ ਕੀ ਕਰ ਰਿਹਾ? ਬਾਕੀ ਸ਼ਾਮ ਨੂੰ ਜਿਹੜਾ ਹੈਗਾ ਮੈਨੂੰ ਕਹਿਣਾ ਚਾਹੀਦਾ ਆ, ਮੈਂ ਬੋਲਦੀ ਹਾਂ ਇਸ ਗੱਲ ਲਈ, ਮੈਂ ਡਾਕਟਰ ਹਰਸ਼ਿੰਦਰ ਕੌਰ ਨੂੰ ਪੜ੍ਹਿਆ ਅਤੇ ਲਿਖਿਆ ਆ, ਸੁਣਿਆ, ਮੈਂ ਇੱਕ ਵਾਰ ਉਹਨੂੰ ਬੋਲਦੀ ਸੁਣਿਆ ਸੀ ਕਿ ਜੇ ਅਸੀਂ ਔਰਤਾਂ ਹੈਗੀਆਂ ਅਸੀਂ ਔਰਤਾਂ ਕਰਕੇ ਚੁੱਪ ਕਰ ਜਾਂਦੇ ਕਿ ਅਸੀਂ ਬੰਦਿਆਂ ਨੂੰ ਕੁਛ ਨਹੀਂ ਕਹਿ ਸਕਦੇ? ਅਤੇ ਮੈਂ ਤੁਹਾਨੂੰ ਵਾਕਿਆ ਕਹਿ ਕੇ ਜਾਵਾਂਗੀ ਇਸ ਸਟੇਜ 'ਤੇ ਵੀ ਜਿਹੜਾ ਸ਼ਾਮ ਨੂੰ ਮੇਲਾ ਘੁੰਮ ਰਿਹਾ ਹੈ ਬਾਹਰ ਬੰਦਿਆਂ ਦਾ,
प्लीज़ कृपा करके अपने घर चले जाओ, क्योंकि तुहाडे ओह जिहड़े दौरे दे नाल मेरे अर्गी एक सूखम मासूम आत्मा आ उहनूं बहुत ठेस पहुँची आ, क्योंकि मैं लेखक हाँ, मैं लिख रही हाँ, मैनूं तुहाडे नाल न्याय करना पैना, नहीं तो मेरे राहीं एक काले अक्खरां दे नाल इतिहास लिखा जाएगा कि मैं उह थां दे उत्ते दो हफ्ते अपनी जिंदगी का समां बतीत करके आई हाँ जिहड़ा कि मेरे लिए पता नहीं किन्ने कु पैसियां दे विच पिया, कि मैं उत्थे ये सारा कुछ देख के आई हाँ। तो क्योंकि मैनू इस गल का ज़्यादा दुख लगेगा कि तुसी मेरे वीर आ, तुसी मेरे भैन भरा आ, मैं इस मिट्टी की जमी हुई हाँ, नहीं शायद ये गल मेरी रूह नू गवारा नहीं करती हैगी, मैनू ज़्यादा होर डिटेल में जाने की लोड़ हैगी भी आ ते नहीं भी हैगी, पर मैं जिन्हें कि इतने 20-50 मैंबर बैठे आ, जे किसी के भी दिमाग दे विच जां किसी दी दिल दे आत्मा दे उत्ते इह गल नू झंझोड़ा लगता है कि अज सानू एक कुड़ी ने एक औरत ने स्टेज पर खड़ के कहा, तो तुसी इह गल्लां दा अपनियां ट्रालियां विच जाके प्रचार करदे हो कि साडा मिशन ये नहीं हैगा कि असी आए हैं चिट्टा कुर्ता पजामा पाया ऐनू तो बीबियां ऐनू तो शाम नू जिहड़ा मेला लग रहा है, नहीं साडा मिशन हैगा जे असी इत्थे आए हाँ, मैं टीचर हैगी हाँ, मैं 8 घंटे क्लास में जाके पढ़ाया नहीं, बोलिया नू न्याणियां दे नाल संवाद नहीं रचाया, तो मेरा वह पढ़ाना निष्फल वा, तुहाडा इत्थे आना यह सारा निफल है। ठीक है तुसी कागजी कार्रवाई पूरी जरूर कर रहे हैं, इस गल दे उत्ते सानू विचार करने की लोड़ वा, इस गल दे उत्ते सानू सोचने की लोड़ वा कि जिधर नू असी जाना आ, जे असी उह तो एक सैकेंड लई भी एक पल लई भी साडी असी आउट ऑफ डायरेक्शन होंने आ तो असी फेल हैगे आ। मैनू नहीं लगता, इत्थे रोज़ मैं सुन रही हाँ, पहला भी सुन रही सी कि मोर्चा जितते आ, बिल्कुल नहीं, मैं तुहाडा इह भरम तोड़ना चाहुंदी हाँ, तुहानू झूठे भुलेखे आ, गलत दावे आ, तुसी आके बैठे आ, इह तुहाडी जित वा, मैं तो मुनकर नहीं हैगी, पर तुसी जितते आ, ਇਹ ਤੁਹਾਡਾ ਵਹਿਮ ਹੈ। ਤੁਸੀਂ ਉਹਨਾਂ ਚਿਰ ਨਹੀਂ ਜਿੱਤਦੇ ਜਿੰਨਾ ਸਾਡਾ ਕਿਰਦਾਰ ਨਹੀਂ ਸਾਡਾ ਉੱਚਾ ਹੁੰਦਾ। ਮੋਦੀ ਸਰਕਾਰ ਨੂੰ ਹਰਾਉਣਾ ਕੋਈ ਮੁਸ਼ਕਲ ਨਹੀਂ ਹੋਊਗਾ, ਕਿਉਂਕਿ ਉਹਨੂੰ ਵੀ ਪਤਾ ਜੇ ਮੈਂ ਕੈਪਟਨ ਹੋਵਾਂ ਜਾਂ ਮੈਂ ਮੋਦੀ ਹੋਵਾਂ ਤਾਂ ਮੈਂ ਕੀ ਸੋਚਦੀ ਹਾਂ। ਸ਼ਾਇਦ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦੀ, ਤੁਸੀਂ ਸ਼ਾਇਦ ਹੋ ਜਾਓਗੇ ਮੇਰੇ ਗ੍ਰਾਫ ਤੋਂ, ਮੇਰਾ ਬੋਲਣ ਦਾ ਗ੍ਰਾਫ ਡਿਫਰੈਂਟ ਹੈਗਾ, ਤੁਹਾਡਾ ਸੁਣਨ ਦਾ ਗ੍ਰਾਫ ਡਿਫਰੈਂਟ ਵਾ, ਪਰ ਸਾਡੀ ਸਮੱਸਿਆ ਸਾਂਝੀ ਆ, ਕਿਉਂਕਿ ਮੈਂ ਵੀ ਇਸ ਨਿਜ਼ਾਮ ਦਾ ਹਿੱਸਾ ਹੈਗੀ ਹਾਂ। ਅਤੇ ਜੇ ਆਏ ਹਾਂ ਤਾਂ ਜੀ ਆਇਆਂ ਨੂੰ ਹੈਗਾ ਆ, ਅਤੇ ਅਸੀਂ ਇੱਥੇ ਬੈਠੇ ਹਾਂ, ਅਸੀਂ ਆਪਣਾ ਤਨ ਮਨ ਧਨ ਲਾਈਏ ਹੈਗੀ ਆ, ਸਿਸਟਮ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ, ਸਾਨੂੰ ਇੱਥੋਂ ਹੁਣ ਤੋਂ ਬੋਲਣਾ ਬਦਲਣਾ ਚਾਹੀਦਾ ਹੈਗਾ, ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ ਹੈਗਾ। ਦੁਨੀਆ ਚੰਦ ਤਾਰਿਆਂ 'ਤੇ ਚੱਲ ਗਈ ਆ, ਅਫਸੋਸ ਅਸੀਂ ਫਿਰ ਸਾਰੇ ਇੱਥੇ ਹੈਗੇ ਹਾਂ। ਬਾਕੀ ਮੇਰੇ ਵੱਲੋਂ ਵਾਧਾ ਘਾਟਾ ਬੋਲਿਆ ਜਾਊਗਾ ਅਤੇ ਮੈਂ ਮਾਫ਼ੀ ਜ਼ਰੂਰ ਮੰਗਾਂਗੀ, ਕਿਉਂਕਿ ਮੈਨੂੰ ਦੁੱਖ ਹੈਗਾ ਆ, ਮੇਰੇ ਅੰਦਰ ਦਰਦ ਹੈਗਾ ਆ, ਕਿਉਂਕਿ ਮੈਂ ਇੱਥੇ ਜਿਹੜੀ ਇੱਕ ਗੱਲ ਹੋਰ ਦੱਸਦੇ ਹਾਂ ਕਿ ਜਦੋਂ ਅਸੀਂ ਮਹਿੰਗੇ ਮੁੱਲ ਦੀਆਂ ਚੀਜ਼ਾਂ ਲੈਂਦੇ ਹਾਂ ਅਤੇ ਸਾਨੂੰ ਸਾਡੇ ਮੁਤਾਬਕ ਰਿਟਰਨ ਨਹੀਂ ਮਿਲਦਾ, ਅਤੇ ਜਿਹਨੇ ਉਹਦੇ ਲਈ ਗਵਾਇਆ ਹੁੰਦਾ ਆ ਉਹਨੂੰ ਦੁੱਖ ਡਿਫਰੈਂਟ ਹੋਊਗਾ। ਮੈਨੂੰ ਪਤਾ ਕਿ ਮੇਰਾ ਜਿਹੜਾ ਇੱਥੇ ਆਉਣਾ ਮੈਨੂੰ ਕਿੰਨੇ ਕੁ 'ਚ ਪਿਆ, ਅਤੇ ਜੇ ਮੈਨੂੰ ਉਹਦੇ ਮੇਰੇ ਮੁਤਾਬਕ ਮਿਲੂਗਾ ਨਹੀਂ ਤਾਂ ਉਹਦੀ ਜਿਹੜੀ ਪੇਨ ਹੈਗੀ ਉਹ ਮੈਨੂੰ ਪਤਾ ਹੋਊਗੀ, ਸ਼ਾਇਦ ਉਹ ਤੁਹਾਨੂੰ ਨਹੀਂ ਪਤਾ ਹੋਊਗੀ। ਤਾਂ ਬਾਕੀ ਹੋ ਸਕਦਾ ਹੈ ਮੈਂ ਇੱਕ ਲਿਖ ਰਹੀ ਹੈਗੀ ਹਾਂ, ਮੈਂ ਕੱਲ੍ਹ ਨੂੰ ਜੇ ਮੈਨੂੰ ਟਾਈਮ ਮਿਲ ਗਿਆ, ਅੱਜ ਤਾਂ ਵੀਰ ਬਲਜਿੰਦਰ ਨੇ ਮੈਨੂੰ ਟਾਈਮ ਦਿੱਤਾ ਤਾਂ ਮੈਂ ਉਹਦੇ ਲਈ ਨੈਕਸਟ ਪ੍ਰੋਸੀਡ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗੀ। ਤਾਂ ਬਾਕੀ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ, ਪਲੀਜ਼ ਆਪਣੇ ਕਰੈਕਟਰ ਨੂੰ, ਆਪਣੇ ਕਰਤਾਰ ਨੂੰ, ਆਪਣੀ ਇਨਸਾਨੀਅਤ ਨੂੰ, ਆਪਣੇ ਸਲੀਕੇ ਨੂੰ, ਆਪਣੀ ਸੱਚਾਈ ਨੂੰ, ਇਹਨੂੰ ਇੰਨਾ ਉੱਚਾ ਸੁੱਚਾ ਕਰ ਦਿਉ ਕਿ ਜਿਹੜੀਆਂ ਦੁਨੀਆਦਾਰੀ ਦੀਆਂ ਚੀਜ਼ਾਂ ਆ ਉਹ ਸਾਨੂੰ ਬਹੁਤੀ ਪਰੇਸ਼ਾਨ ਨਾ ਕਰਨ, ਕਿਉਂਕਿ ਸਾਡਾ ਜਿਹੜੀ ਜ਼ਿੰਦਗੀ ਆ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਉੱਤੇ ਆ ਅਤੇ ਬਹੁਤ ਜ਼ਿਆਦਾ ਪਰੇ ਆ। ਇੰਨੀਆਂ ਬੇਨੀਆਂ ਬੇਨਤੀਆਂ ਮਨਜ਼ੂਰ ਕਰਿਓ, ਕਿਉਂਕਿ ਮੈਂ ਜਜ਼ਬਾਤੀ ਹੋ ਗਈ ਹਾਂ ਬੋਲਦੀ ਬੋਲਦੀ,